ਹਾਂਜੀ ਸਟੂਡੈਂਟਸ, ਪੰਜਾਬ ਦਾ ਪ੍ਰਾਚੀਨ ਇਤਿਹਾਸ ਥਿਊਰੀ ਪਾਰਟ ਅਸੀਂ ਕਰ ਚੁੱਕੇ, ਹੁਣ ਅਸੀਂ ਕਰਾਂਗੇ ਇਸ ਦੇ MCQs। ਸਭ ਤੋਂ ਪਹਿਲਾ ਕੁਐਸਚਨ ਹੈ, ਰਿਗਵੈਦਿਕ ਸਮੇਂ ਵਿੱਚ ਪੰਜਾਬ ਨੂੰ ਕਿਸ ਨਾਮ ਨਾਲ ਜਾਣਿਆ ਜਾਂਦਾ ਸੀ? ਸਪਤ ਸਿੰਧੂ। ਜੇ ਤੁਸੀਂ ਥਿਊਰੀ ਪਾਰਟ ਕੀਤਾ ਹੈ ਤਾਂ ਜਿਹੜੇ MCQ ਨੇ ਬਹੁਤ ਸੌਖੇ ਨੇ ਕਰਨੇ। ਰਮਾਇਣ ਵਿੱਚ ਪੰਜਾਬ ਨੂੰ ਕਿਸ ਨਾਮ ਨਾਲ ਸੰਬੋਧਿਤ ਕੀਤਾ ਗਿਆ ਹੈ? ਪੰਚਨੜ। ਮਹਾਭਾਰਤ ਵਿੱਚ ਪੰਜਾਬ ਨੂੰ ਕਿਸ ਨਾਮ ਨਾਲ ਸੰਬੋਧਿਤ ਕੀਤਾ ਗਿਆ ਹੈ? ਪੰਚਨੜ। ਕਿਸ ਭਾਰਤੀ ਰਾਜ ਵਿੱਚ ਮਹਾਭਾਰਤ ਦੀ ਲੜਾਈ ਹੋਈ ਸੀ? ਪੰਜਾਬ ਵਿੱਚ। ਭਾਰਤ ਦੇ ਕਿਹੜੇ ਰਾਜ ਵਿੱਚ ਚਾਰ ਪ੍ਰਾਚੀਨ ਗ੍ਰੰਥ ਲਿਖੇ ਗਏ? ਪੰਜਾਬ ਵਿੱਚ। ਪੰਜਾਬ ਉੱਤੇ ਹਮਲਾ ਕਰਨ ਲਈ ਸਿਕੰਦਰ ਕਿੱਥੋਂ ਆਇਆ ਸੀ? ਗ੍ਰੀਸ ਤੋਂ। ਸਿਕੰਦਰ ਨੇ ਪੰਜਾਬ ਉੱਤੇ ਕਿਸ ਸਦੀ ਵਿੱਚ ਹਮਲਾ ਕੀਤਾ? ਚੌਥੀ ਸਦੀ ਪੂਰਵ ਈਸਵੀ। ਸਿਕੰਦਰ ਨੇ ਕਿਸ ਪਹਾੜੀ ਪਾਸ ਨੂੰ ਪਾਰ ਕਰਕੇ ਪੰਜਾਬ 'ਤੇ ਹਮਲਾ ਕੀਤਾ? ਖੈਬਰ ਪਾਸ। ਸਿਕੰਦਰ ਨੇ ਪੰਜਾਬ ਉੱਤੇ ਹਮਲਾ ਕਦੋਂ ਕੀਤਾ? 326 ਪੂਰਵ ਈਸਵੀ। ਸਿਕੰਦਰ ਦੇ ਹਮਲੇ ਸਮੇਂ ਪੰਜਾਬ ਦਾ ਰਾਜਾ ਕੌਣ ਸੀ? ਪੋਰਸ। ਸਿਕੰਦਰ ਤੇ ਪੋਰਸ ਵਿਚਕਾਰ ਹੋਈ ਲੜਾਈ ਦਾ ਨਾਮ ਕੀ ਸੀ? ਹਾਈਡਾਸਪਸ ਦੀ ਲੜਾਈ। ਸਿਕੰਦਰ ਤੇ ਪੋਰਸ ਨੇ ਕਿਸ ਨਦੀ ਤੇ ਲੜਾਈ ਲੜੀ ਸੀ? ਜੇਹਲਮ ਨਦੀ ਤੇ ਲੜਾਈ ਲੜੀ ਸੀ। ਸਿਕੰਦਰ ਪੰਜਾਬ ਦੀ ਕਿਹੜੀ ਨਦੀ ਤੋਂ ਵਾਪਸ ਮੁੜਿਆ? ਬਿਆਸ ਨਦੀ ਤੋਂ। ਕਿਸ ਭਾਰਤੀ ਨਦੀ ਨੂੰ ਸਿਕੰਦਰ ਦੇ ਰਾਜ ਦੀ ਪੂਰਵੀ ਸੀਮਾ ਮੰਨਿਆ ਜਾਂਦਾ ਸੀ? ਬਿਆਸ ਨਦੀ ਨੂੰ। ਸਿਕੰਦਰ ਨੇ ਕਿਸ ਨੂੰ ਪੰਜਾਬ ਵਿੱਚ ਆਪਣਾ ਪ੍ਰਤੀਨਿਧੀ ਨਿਯੁਕਤ ਕੀਤਾ? ਪੋਰਸ ਨੂੰ। ਚੰਦਰਗੁਪਤ ਮੌਰੀਆ ਨੇ ਸਿਕੰਦਰ ਦੀ ਵਾਪਸੀ ਤੋਂ ਬਾਅਦ ਪੰਜਾਬ 'ਤੇ ਕਦੋਂ ਹਮਲਾ ਕੀਤਾ ਸੀ? 324 ਪੂਰਵ ਈਸਵੀ। ਕੁਸ਼ਾਣ ਸਮਰਾਟ ਕਨਿਸ਼ਕ ਨੇ ਚੌਥਾ ਬੁੱਧ ਪ੍ਰੀਸ਼ਦ ਕਿਸ ਸ਼ਹਿਰ ਵਿੱਚ ਨਿਯੋਜਿਤ ਕੀਤਾ ਸੀ? ਕਸ਼ਮੀਰ ਵਿੱਚ। ਪ੍ਰਾਚੀਨ ਪੰਜਾਬ ਵਿੱਚ ਹਿੰਦੂ ਸ਼ਾਹੀ ਖਾਨਦਾਨ ਦਾ ਸੰਸਥਾਪਕ ਕੌਣ ਸੀ? ਲਾਲੀਆ ਬ੍ਰਾਹਮਣ। ਪ੍ਰਾਚੀਨ ਪੰਜਾਬ ਵਿੱਚ ਕਿਹੜਾ ਸ਼ਹਿਰ ਬੁੱਧ ਸੱਭਿਆਚਾਰ ਦਾ ਪ੍ਰਮੁੱਖ ਕੇਂਦਰ ਸੀ? ਤਕਸ਼ਿਲਾ। ਪ੍ਰਾਚੀਨ ਪੰਜਾਬ ਦਾ ਆਕਾਰ ਕਿਸ ਤਰ੍ਹਾਂ ਦਾ ਸੀ? ਵੀ ਆਕਾਰ ਸੀ ਪੰਜਾਬ ਦਾ। ਚੰਗੇਜ਼ ਖਾਨ ਨੇ ਕਿਸ ਪਹਾੜੀ ਪਾਸ ਨੂੰ ਪਾਰ ਕਰਕੇ ਪੰਜਾਬ 'ਤੇ ਹਮਲਾ ਕੀਤਾ? ਖੈਬਰ ਪਾਸ।
ਕਿਹੜਾ ਪਹਾੜੀ ਪਾਸ ਮੁੱਖ ਤੌਰ ਤੇ ਪ੍ਰਾਚੀਨ ਪੰਜਾਬ ਵਿੱਚ ਵਿਦੇਸ਼ੀ ਵਪਾਰ ਲਈ ਵਰਤਿਆ ਜਾਂਦਾ ਸੀ? ਇਹਦੇ ਵਿੱਚ ਖੈਬਰ ਤੇ ਖੁਰਮ ਦੋਨੇ ਆਉਣਗੇ, ਤਾਂ ਇਸ ਲਈ ਸਾਡਾ ਆਂਸਰ ਕੀ ਆਊਗਾ? ਏ ਤੇ ਬੀ, ਸੀ ਆਂਸਰ ਆਊਗਾ ਸਾਡਾ। 10 ਰਾਜਿਆਂ ਦੀ ਲੜਾਈ ਕਿਸ ਨਦੀ ਨਾਲ ਸੰਬੰਧਿਤ ਹੈ? ਰਾਵੀ ਨਦੀ ਨਾਲ। ਚਾਰਕ, ਆਯੁਰਵੇਦ ਦੇ ਪਿਤਾ ਦਾ ਜਨਮ ਭਾਰਤ ਦੇ ਕਿਸ ਰਾਜ ਵਿੱਚ ਹੋਇਆ? ਚਾਰਕ ਜਿਹੜੇ ਸੀਗੇ ਉਹ ਪੰਜਾਬ ਰਾਜ ਵਿੱਚ ਪੈਦਾ ਹੋਏ। ਤਕਸ਼ੀਲਾ ਯੂਨੀਵਰਸਿਟੀ ਪ੍ਰਾਚੀਨ ਭਾਰਤ ਦੇ ਕਿਹੜੇ ਰਾਜ ਵਿੱਚ ਸਥਿਤ ਸੀ? ਪੰਜਾਬ ਵਿੱਚ, ਕਿਉਂਕਿ ਪੰਜਾਬ ਆ ਜਿਹੜਾ ਬਹੁਤ ਜ਼ਿਆਦਾ ਵੱਡਾ ਸੀ, ਪ੍ਰਾਚੀਨ ਪੰਜਾਬ, ਇਸ ਲਈ ਜਿਹੜਾ ਇਹ ਸਾਰਾ ਕੁਝ ਪੰਜਾਬ ਵਿੱਚ ਸੀ। ਵਿਦੇਸ਼ੀ ਖਾਨਦਾਨਾਂ ਦੇ ਪੰਜਾਬ ਵਿੱਚ ਆਉਣ ਦਾ ਸਹੀ ਕਰਮ ਕੀ ਹੈ? ਭਾਵ ਪਹਿਲਾਂ ਕੌਣ ਆਏ ਅਤੇ ਦੂਸਰੇ, ਤੀਸਰੇ, ਚੌਥੇ ਨੰਬਰ 'ਤੇ ਕੌਣ ਆਏ, ਇਹ ਕਰਮ ਦੱਸਣਾ ਹੈ ਅਸੀਂ। ਤਾਂ ਇਹ ਜਿਹੜਾ ਸਾਡਾ ਆਂਸਰ ਆ ਇਹ ਇਹ ਸਹੀ ਆ, ਕਿਉਂਕਿ ਪਹਿਲਾਂ ਈਰਾਨੀ ਆਏ, ਫਿਰ ਮੰਗੋਲੀ, ਤੁਰਕੀ ਅਤੇ ਬਾਅਦ 'ਚ ਮੁਗਲ। ਪੁਰਾਤਨ ਸਮੇਂ ਵਿੱਚ ਭਾਰਤ ਅਤੇ ਕੇਂਦਰੀ ਏਸ਼ੀਆ ਦੇ ਵਿਚਕਾਰ ਸਭ ਤੋਂ ਮਹੱਤਵਪੂਰਨ ਵਪਾਰਕ ਸ਼ਹਿਰ ਕਿਹੜਾ ਸੀ? ਲਾਹੌਰ। ਕਿਹੜਾ ਪਹਾੜੀ ਪਾਸ ਵਿਦੇਸ਼ੀ ਹਮਲਾਵਰਾਂ ਦੁਆਰਾ ਪੰਜਾਬ ਦੇ ਉੱਤਰ ਪੱਛਮ ਪਾਸਿਓਂ ਆਉਣ ਲਈ ਵਰਤਿਆ ਜਾਂਦਾ ਸੀ? ਖੈਬਰ ਪਾਸ। ਪੰਜਾਬ ਦਾ ਇਤਿਹਾਸ ਕਿਸ ਦੌਰ ਤੋਂ ਸ਼ੁਰੂ ਹੁੰਦਾ ਹੈ? ਆਰੀਆ ਦੇ ਆਗਮਨ ਤੋਂ ਪੰਜਾਬ ਦਾ ਇਤਿਹਾਸ ਸ਼ੁਰੂ ਹੁੰਦਾ ਹੈ। ਪੰਜਾਬ ਵਿੱਚ ਹੜੱਪਾ ਸੱਭਿਆਚਾਰ ਦਾ ਸਭ ਤੋਂ ਵੱਡਾ ਕੇਂਦਰ ਕਿਹੜਾ ਹੈ? ਹੜੱਪਾ ਸੱਭਿਅਤਾ ਦਾ ਸਭ ਤੋਂ ਵੱਡਾ ਕੇਂਦਰ ਸੰਗੋਲ ਹੈ। ਸੰਗੋਲ ਕਿਸ ਜਗ੍ਹਾ ਨਾਲ ਸੰਬੰਧਿਤ ਆ? ਹੜੱਪਾ ਸੱਭਿਅਤਾ ਨਾਲ ਸੰਬੰਧਿਤ ਆ। ਭਾਰਤ ਦਾ ਪਹਿਲਾ ਰਾਜ ਜਿਸ 'ਤੇ ਹੁਣ ਕੁਸ਼ਾਣ, ਯੂਨਾਨੀ ਅਤੇ ਮੰਗੋਲ ਦੁਆਰਾ ਹਮਲਾ ਕੀਤਾ ਗਿਆ? ਪੰਜਾਬ। ਪੰਜਾਬ ਦੀ ਕਿਹੜੀ ਥਾਂ ਸਿੰਧੂ ਘਾਟੀ ਦੀ ਸੱਭਿਅਤਾ ਨਾਲ ਸੰਬੰਧਿਤ ਨਹੀਂ ਹੈ? ਰੰਗਪੁਰ। ਮਹਾਭਾਰਤ ਦੇ ਲਿਖੇ ਜਾਣ ਸਮੇਂ ਪੰਜਾਬ ਕਿਸ ਨਾਮ ਨਾਲ ਜਾਣਿਆ ਜਾਂਦਾ ਸੀ? ਸਪਤ ਸਿੰਧੂ। ਕਿਹੜੇ ਮਹਾਂਜਨਪਦ ਪੰਜਾਬ ਖੇਤਰ ਦੇ ਅਧੀਨ ਆਉਂਦੇ ਨੇ? ਤਿੰਨ ਦਿੱਤੇ ਨੇ, ਤਾਂ ਸਹੀ ਵਿਕਲਪ ਦੱਸਣਾ ਹੈ ਕਿਹੜੇ ਆਉਂਦੇ ਨੇ। ਮਹਾਂਜਨਪਦ ਪੰਜਾਬ ਖੇਤਰ ਦੇ ਅਧੀਨ ਆਉਂਦੇ ਨੇ, ਸਾਡਾ ਆਂਸਰ ਕੀ ਆਊਗਾ? ਬੀ, ਕਿਉਂਕਿ ਸਿਰਫ ਇੱਕ ਅਤੇ ਦੋ, ਕੰਬੋਜਾ ਅਤੇ ਗੰਧਾਰ ਨੇ ਜਿਹੜੇ ਇਹ ਪੰਜਾਬ ਮਹਾਂਜਨਪਦ ਦੇ ਖੇਤਰ ਦੇ ਅਧੀਨ ਆਉਂਦੇ ਸੀਗੇ। ਪੰਜਾਬ ਖੇਤਰ ਦੇ ਕਿਸ ਪ੍ਰਾਚੀਨ ਸਾਮਰਾਜ ਦੁਆਰਾ ਸ਼ਾਸਨ ਨਹੀਂ ਕੀਤਾ ਗਿਆ ਸੀ? ਪਾਂਡਿਆਂ ਦੁਆਰਾ। ਮਸ਼ਹੂਰ ਹਾਈਡਸਪਸ ਦੀ ਲੜਾਈ ਸਿਕੰਦਰ ਅਤੇ ਕਿਸ ਦੇ ਵਿਚਕਾਰ ਲੜੀ ਗਈ? ਤਾਂ ਸਾਡਾ ਆਂਸਰ ਕੀ ਆਊਗਾ? ਪੌਰਵਾਂ ਦਾ ਰਾਜਾ। ਉੱਤਰ ਪੱਛਮੀ ਭਾਰਤ ਨੂੰ ਸੈਲੂਕਸ ਨਿਕੇਟਰ ਤੋਂ ਕਿਸ ਰਾਜਾ ਨੇ ਆਜ਼ਾਦੀ ਦਿਲਵਾਈ?
ਚੰਦਰਗੁਪਤ ਮੌਰਿਆ। ਪੰਜਾਬ ਨੇ ਇਹਨਾਂ ਵਿੱਚੋਂ ਕਿਸ ਦੇ ਹਮਲੇ ਦਾ ਸਾਹਮਣਾ ਕੀਤਾ? ਤਿੰਨ ਦਿੱਤੇ ਹੋਏ ਨੇ ਸਾਡੇ ਕੋਲ ਵਿਕਲਪ, ਅਸੀਂ ਇਹਨਾਂ ਦੀ ਸਹੀ ਚੋਣ ਕਰਨੀ ਆ। ਸਾਡਾ ਆਂਸਰ ਕੀ ਆਊਗਾ? ਉਪਰੋਕਤ ਸਾਰੇ। ਪੰਜਾਬ ਦੀਆਂ ਹੇਠਲੀਆਂ ਕਿਹੜੀਆਂ ਸਿੰਧੂ ਘਾਟੀ ਸਭਿਅਤਾ ਦੀ ਥਾਵਾਂ ਦਾ ਹਯੋ ਤਸੰਗ ਦੇ ਯਾਤਰਾ ਸਥਾਨਾਂ ਵਿੱਚ ਜ਼ਿਕਰ ਕੀਤਾ ਗਿਆ ਹੈ? ਸੰਗੋਲ। ਪੰਜਾਬ ਦੇ ਥਲ ਰੇਗਿਸਤਾਨ ਵਿੱਚ ਲੱਭੀ ਗਈ ਜਗ੍ਹਾ ਕਿਹੜੀ ਹੈ? ਮੈਸੋਲਿਥਿਕ ਸਾਈਟ। ਵੈਦਿਕ ਕਾਲ ਦੇ ਦੌਰਾਨ 10 ਰਾਜਿਆਂ ਦੀ ਲੜਾਈ ਕਿਸ ਨਦੀ ਦੇ ਕਿਨਾਰੇ ਲੜੀ ਗਈ? ਪੁਰੁਸ਼ਨੀ ਨਦੀ ਦੇ ਕਿਨਾਰੇ। ਤਾਂ ਇਹ ਸੀਗੇ ਪ੍ਰਾਚੀਨ ਇਤਿਹਾਸ ਨਾਲ ਸੰਬੰਧਿਤ MCQ। ਆਉਣ ਵਾਲੀ ਵੀਡੀਓ ਦੇ ਵਿੱਚ ਅਸੀਂ ਜਿਹੜਾ ਅੱਗੇ ਪੰਜਾਬ ਦਾ ਮੱਧਕਾਲੀਨ ਇਤਿਹਾਸ ਕਰਾਂਗੇ। ਬਣੇ ਰਹੋ ਚੈਨਲ ਦੇ ਨਾਲ, ਫਿਰ ਮਿਲਦੇ ਹਾਂ। ਓਕੇ, ਥੈਂਕਸ।